ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡਾ ਬਾਈਕਾਟ ਹੈ ਨਾ ਲੱਗ ਜੋ ਵਰਤ ਅਸੀਂ ਅੱਗੇ ਹਾਜ਼ਰੀ ਪਹਿਲਾਂ ਪੋਸਟਰ ਇਹ ਸਾਡਾ ਰਾਜਨੀਤੀ ਪ੍ਰੋਟੈਕਸ਼ਨ ਹੋ ਵੀ ਤਾਂ ਸਾਡਾ ਕੋਈ ਵੀ ਨਹੀਂ ਡਰਾਮੇ ਤੁਸੀਂ ਨਾ ਕਰੋ ਸਾਡਾ ਕੋਈ ਨਹੀਂ ਹੈਗਾ ਸਾਡੇ ਪਿੰਡਾਂ ਚ ਨਾ ਕਰੋ तस्वीर च लोगों वालों घेरिया होया शख्स कोई होर नहीं बल्कि आप दा एमएलए बुद्धराम है। हुण तुसी सोच रहे होवोगे कि पिंड वासियां वल्लों इस एमएलए नूं इस तरह क्यों घेरिया होया अते एमएलए नाल पिंड दे लोक इन्ने गुस्से नाल क्यों गल कर रहे ने। पिंड वासियां अते एमएलए विचकार चल रही इस तिखी बहस का की कारण है तुसी आप ही देख लो। ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਬਾਈਕਾਟ ਹੈ ਨਾ ਲੱਗ ਜੋ ਵਰਤ ਅਸੀਂ ਅੱਗੇ ਹਾਜ਼ਰੀ ਪਹਿਲਾਂ ਪੋਸਟਰ ਇਹ ਸਾਡਾ ਰਾਜਨੀਤੀ ਪ੍ਰੋਟੈਕਸ਼ਨ ਹੋ ਵੀ ਤਾਂ ਸਾਡਾ ਕੋਈ ਵੀ ਨਹੀਂ ਡਰਾਮੇ ਤੁਸੀਂ ਨਾ ਕਰੋ ਸਾਡਾ ਕੋਈ ਨਹੀਂ ਹੈਗਾ ਸਾਡੇ ਪਿੰਡਾਂ ਚ ਨਾ ਕਰੋ ਕਿੱਧਰੋਂ ਆਏ ਜੀ ਅਸੀਂ ਮੈਂ ਬੇਲਵੰਡ ਗਿਆ ਆਏ ਤੇ ਜ਼ਰੂਰ ਨਹੀਂ ਇਹ ਦਾਪਾ ਹੁੰਦਾ ਪਹਿਲਾਂ ਉਹ ਤੋਂ ਮਿਲਿਆ ਮੈਨੂੰ ਆਉਂਦੇ ਤੁਸੀਂ ਇਹ ਨਾਲ ਲੈ ਕੇ ਪਤਾ ਲੱਗਿਆ ਵੀ ਆਉਂਦਿਆਂ ਦਾ ਅਸੀਂ ਬਾਈ ਕਾਟ ਕਰੇ ਓਕੇ ਠੀਕ ਹੈ ਓਕੇ ਮੰਨ ਗਿਆ ਬਸ ਠੀਕ ਹੈ ਠੀਕ ਹੈ ਭਾਈ ਇੱਕ ਨਹੀਂ ਆਉਂਦਾ ਤੇ ਤੁਹਾਡਾ ਹੀ ਕਿਸਾਨ ਇਹ ਵਿਰੋਧੀ ਬਿੱਲ ਦੇ ਵਿੱਚ ਕੀ ਰੋਲ ਆਈ ਉਹ ਦੱਸੋਗੇ ਸਾਡਾ ਕੁਝ ਦੇਖੋ ਬਈ ਕੀ ਕਰ ਰਹੇ ਹੋ अखबार से भी एड आई थी मनसंगल के मुंडे ने सुंदर ने पाई थी अगे भी आप मिठाई मिठी हो गई राजनीति की आ गई एक तरह की राजनीति आ गई गड्डी ना कड तू वही गड्डी गलबात करनी जो तेन सारी पार्टी सारिया ने जीवना पे क्यों था क्यों मिलना कोई पर्स नहीं पहली सवाल छोड़ लवे एक तुसी ने एदे बच्चे की किता पार्टी करके दसो पिंड वास्ते दसो सानू
ਵਿਧਾਨ ਸਭਾ ਅਸੀਂ ਉਸੇ ਚੱਲ ਮੈਂ ਉਹਦੇ ਟੋਨਾ ਕਰਕੇ ਪੋਸਟ ਕਰਤਾ ਸਾਡੀ ਪਾਰਟੀ ਖਿਲਾਫ ਬੋਲੀ ਅਸੀਂ ਉਸਦੇ ਖਿਲਾਫ ਬੋਲਦੇ ਹਾਂ ਜੂਨੀਅਰ ਦਾ ਤੁਸੀਂ 15 ਤਰੀਕ ਤੋਂ ਪਹਿਲਾਂ ਦਿਖਾਓ ਜੀ ਡੇਟ ਇਹਦੇ ਨਾਲ 15 ਤਰੀਕ ਤੋਂ ਪਹਿਲਾਂ ਦਿਖਾ ਦੋ ਅਸੀਂ ਕਹਿਣਾ ਕਿ ਤੁਸੀਂ ਚਾਰੇ ਪਾਸੇ ਢੋਲ ਪਿੱਟਿਆ ਗਿਆ ਆਰਡੀਨੈਂਸਾਂ ਦਾ ਤੁਹਾਡਾ ਮੂੰਹ ਵੀ ਖੁੱਲ ਗਿਆ ਸਾਡੇ ਪਿੰਡ ਆ ਕੇ ਤੁਸੀਂ ਕਿੱਥੇ ਮੀਟਿੰਗ ਕੀਤੀ ਆ ਸਾਡੇ ਪਿੰਡ ਕਿੱਥੇ ਮੀਟਿੰਗ ਕੀਤੀ ਆ ਵੀ ਅੱਜ ਆਰਡੀਨੈਂਸਾਂ ਪਾਰਟੀ ਲੈਵਲ ਆਮ ਆਦਮੀ ਪਾਰਟੀ ਜਿੰਦੀ ਖੜੀ ਹੈ ਅੱਜ ਤੱਕ ਅਕਾਲੀ ਦਲ ਜਿਲ੍ਹੇ ਨੇ ਕਾਂਗਰਸ ਦੇ ਵਿੱਚ ਕੁਝ ਸਪਸ਼ਟ ਉਹ ਕੀਤਾ ਹੋਇਆ ਇਹਨਾਂ ਨੇ ਮਤਲਬ ਕਹਿੰਦਾ ਕੋਈ ਆਪਾਂ ਰੈਲੀ ਨਹੀਂ ਕੀਤੀ ਸਾਡੇ ਵੱਲੋਂ ਸਪਸ਼ਟ ਰਹਿੰਦਾ ਵੀ ਅਸੀਂ ਆਪਣੇ ਝੰਡਾ ਨਹੀਂ ਲਾਉਣਾ ਆਪਣਾ ਹੋਰ ਨਹੀਂ ਕਰਨਾ ਝੰਡਾ ਨੀ ਲਾਉਣਾ ਜਿਹਦੇ ਚੌਂਕ ਦੇ ਵਿੱਚ ਮੋਦੀ ਦਾ ਪੁਤਲਾ ਸਵਾੜਿਆ ਗਿਆ ਸਾਡੇ ਉਹਦੇ ਆਮ ਆਦਮੀ ਪਾਰਟੀ ਦੇ ਵਰਕਰ ਝੰਡਾ ਲੈ ਕੇ ਖੜੇ ਇਧਰ ਨੂੰ ਕਰ ਇਧਰ ਨੂੰ ਮਾੜਾ ਕੱਟ ਲਾ ਇਧਰ ਨੂੰ ਕਟਾਓ ਜੀ ਇਧਰ ਨੂੰ ਲਾਈਨ ਕੱਟੋ ਮੋਦੀ ਖਿਲਾਫ ਗੁਰਦੁਆਰਾ ਖੜਾ ਆਪਾਂ ਚੱਲਦਾ ਮੈਂ ਕਰਦਾ ਬਹੁਤ ਸਹਿਯੋਗ ਨਾਲ ਬਹੁਤ ਜੱਦੋ ਸਭਾ ਕੇਂਦਰ ਅਸੀਂ ਬੋਹਾ ਲੈ ਕੇ ਮੈਂ ਬੋਹਾ ਦੀ ਖੜ ਲਈ ਇੰਸਪੀਰੇਸ਼ਨ ਲਾਇਆ ਉਹਦੇ ਵਿੱਚ ਲਾਇਆ ਵੀ ਬੋਹਾ ਏਡਾ ਵੱਡਾ ਹੋਇਆ ਜੀ ਮੈਂ ਉੱਥੇ ਮਤਲਬ ਦੋ ਚੌਂਕ ਚ ਤੂੰ ਬੈਠਾ ਸੀ ਨਾ ਜਿੱਦਾਂ ਆਪਾਂ ਨੇ ਰੋਸ ਮਾਰ ਕੇ ਕੱਢਿਆ
ਚੌਂਕ ਚ ਹੈਗਾ ਇਥੋਂ ਜਮਾ ਮੂਹਰੇ ਤੁਰੇ ਤੁਹਾਡੇ ਮੂਹਰੇ ਚੌਂਕ ਚ ਕੀ ਗੱਲ ਹੈ ਤੂੰ ਦੱਸ ਪਹਿਲਾਂ ਜਾਂ ਨਹੀਂ ਸਾਰੇ ਚੁੱਪ ਕਰ ਜੋ ਬਾਈਕਾਟ ਕਰਨਾ ਬਾਈਕਾਟ ਕਰਨਾ ਕਰਨਾ ਉਹ ਜੇ ਤਾਂ ਆਪਣਾ ਕੋਈ ਉਸੇ ਤੋਂ ਪਾਰਟੀ ਦਾ ਸਟੇਜ ਕਰਦੀ ਵੀ राजनीति बैठा चोरी का तू बग जा तेन असि घेर नहीं सकते जे अपने पिंड चो चार बंदे जाते ਉਹ ਤੂੰ ਆ ਲੈ ਕਹਿੰਦੂ ਮੈਂ ਤਾਂ ਰਿਸ਼ਤੇਦਾਰ ਜਾਣਾ ਤੂੰ ਝੰਡੀ ਲਵਾ ਕੇ ਇੱਕ ਗੱਡੀ ਡਬਾ ਲਈ ਇਹ ਗੱਲ ਵੱਖਰੀ ਐਸੀ ਕਿਹੜਾ ਝੰਡੀ ਲੈ ਤੂੰ ਝੰਡੀ ਡਬਾ ਕੇ ਇੱਕ ਗੱਡੀ ਫੇਰ ਤੂੰ ਆ ਕੇ ਮੂੰਹ ਤੇ ਰੁਕਦੀ ਜਾ ਗੱਲ ਨਿਬੜੀ ਇੱਕ ਗੱਡੀ ਵੀ ਟੱਪ ਗਈ ਝੰਡੀ ਲਵਾ ਕੇ ਊਂ ਅਗਲਾ ਦਸ ਜਣੇ ਬਾਗੇ ਅਸੀਂ ਰੋਕ ਨਹੀਂ ਸਕਦੇ ਕੱਲ ਨੂੰ ਅਲੱਗ ਕਹਿੰਦੇ ਅਸੀਂ ਰਿਸ਼ਤੇਦਾਰੀ ਚ ਜਾਂਦੇ ਆਪਾਂ ਰੋਕਣਾ ਜਮਾ ਨਹੀਂ ਰੋਕ ਸਕਦੇ ਅਲੱਗ ਗੱਲ ਪਊਗਾ ਐਪਲੀਕੇਸ਼ਨ ਆਈ ਸੀ ਆਪਣੀ ਡੀਸੀ ਨੇ ਕੀਤਾ ਨਾ ਚਾਕੀ ਇੱਥੋਂ ਜਾ ਕੇ ਉੱਥੇ ਰੱਖਦਾ ਮੈਂ ਕਿਹਾ ਵੀ ਸਾਡੇ ਕੋਲ ਕਾਰਡ ਦੇਖ ਲਓ ਅਗਲੇ ਦਿਨ ਚੰਡੀਗੜ੍ਹ ਗਿਆ ਕਾਰਡ ਪੈ ਫਿਰਸੀ ਦਾ ਅਸੀਂ ਕਿਹਾ ਵੀ ਅਸੀਂ ਕਰਦੇ ਹਾਂ ਮਦਦ ਜਿਸੇ ਬੰਦੀ ਇਹ ਕਹਿੰਦੇ ਬੁਧਰਾ ਮਜਾਣ ਨਹੀਂ ਦਿੰਦਾ ਆਮ ਪਾਰਟੀ ਨੇ ਕਿਹਾ ਕੰਮ ਅੱਜ ਅਸੀਂ ਕਰਦੇ ਰੱਖ ਲਓ ਉਹ ਭੱਗ ਗਿਆ ਉਦੋਂ ਅਸੀਂ ਇਕੱਠ ਕਰਦੇ ਸੀਗੇ ਦੁਬਾਰੇ ਥੁੱਕ ਕੇ ਕਿਉਂ ਚੱਕਣਗੇ ਚਾਚੇ ਜੀ ਤੁਹਾਡੀ ਪਹਿਲੀ ਗਲਤ ਗੱਲ ਹੈ ਜੀ ਤੁਹਾਨੂੰ ਜੋ ਪਤਾ ਉਹਦੇ ਇਹ ਵੀ ਹੈਗੇ ਸੀ ਰੈਲੀ ਚ ਚੌਂਕੀ ਨੰਬਰ ਚੇਂਜ ਆਇਆ ਫੇਰ ਅੱਛਾ ਆਹ ਬਲਾਡਰ ਤੋਂ ਬੜੇ ਪਿੰਡ ਤੋਂ ਕਹਿੰਦੇ ਚਾਲੂ ਕਰ ਪਹਿਲਾਂ ਤਾਂ ਚੁੱਪ ਕਰੀ ਬੈਠੀ ਜਦੋਂ ਲੋਕ ਉੱਠ ਖੜੇ ਧਰਨੇ ਕੋਈ ਫਰਕ ਨੀ ਕੋਈ ਨੀ ਉੱਥੇ ਇਕੱਠੀ ਰਹਿ ਪੈ ਕੇ ਦੁਨੀਆਂ ਕੇਜਰੀਵਾਲ ਨੇ ਉੱਥੇ ਕਿਉਂ ਨੀ ਵਿਰੋਧ ਕਰਿਆ ਦਿੱਲੀ ਚ ਵਿਰੋਧ ਉਹ ਵੀ ਕਰਦਾ ਉੱਥੇ ਦਿੱਲੀ ਵਿਰੋਧ ਕਰਦੇ ਤੁਹਾਡੀ ਪਾਰਟੀ ਦਾ ਜੀ ਦਿੱਲੀ ਕੇਜਰੀਵਾਲ ਕੋਈ ਗੱਲ ਕਰੀ ਜਾਂ ਉੱਥੇ ਫੁੱਲ ਧਰਨੇ ਲਾਏ ਦਿੱਲੀ ਜੀ ਲਾ ਦੇ ਉੱਥੇ ਜੁੜ ਕੇ ਦਿੱਲੀ ਚ ਲਾ ਸਕਦੇ ਸੀ ਇੱਥੇ ਤਾਂ ਪਰ ਪੰਦਰਾਂ ਸਾਨੂੰ ਕਿੱਦਾਂ ਜਾਗਰੂਕ ਕੀਤਾ।
ਪਿੰਡ ਵਾਸੀਆਂ ਵੱਲੋਂ ਬਣਾਈ MLA ਦੀ ਰੇਲ ਤੋਂ ਬਾਅਦ MLA ਮੁੜ ਦੁਬਾਰਾ ਪਿੰਡ 'ਚ ਵੜਨ ਤੋਂ ਤਾਂ ਜ਼ਰੂਰ ਘਬਰਾਏਗਾ, ਪਰ ਵੇਖਣਾ ਇਹ ਹੋਵੇਗਾ ਕਿ ਆਪ ਦੇ MLA ਨਾਲ ਵਾਪਰੀ ਘਟਨਾ ਤੋਂ ਬਾਅਦ ਬੁੱਧਰਾਮ ਦੀ ਤਰ੍ਹਾਂ ਬਾਕੀ ਝੂਠੇ ਮੰਤਰੀਆਂ ਨੂੰ ਵੀ ਲੋਕ ਇਸ ਤਰ੍ਹਾਂ ਦਾ ਸਬਕ ਸਿਖਾਉਂਦੇ ਨੇ ਜਾਂ ਨਹੀਂ। ਬਿਊਰੋ ਰਿਪੋਰਟ, ਰੋਜ਼ਾਨਾ ਲੋਕਨਾਥ TV।